ਸਾਰੇ ਨੇ ਗੁੰਡਾਗਰਦੀ ਕੀਤੀ, ਖੋਲੀ ਆਟੋ ਵਾਲੇ ਨੇ ਵੀ ਗੱਡੀ ਵੀ ਭੰਨੀ ਆ, ਸੀਸਾ ਵੀ ਮੂਰਾ ਭੰਨ ਤਾਂ ਆਟੋ ਵਾਲੇ ਨੇ। ਕੀ ਕਰੀਏ ਹੁਣ, ਮੰਗ ਕੀ ਕਰੀਏ, ਗੱਡੀ ਭਰੀ ਤੇ ਗਾਲਾਂ ਕੱਢ ਕੇ ਗਿਆ ਮਾਵਾ ਭੈਣਾਂ ਦੀਆਂ। ਇਹ ਬੰਦੇ ਨੇ ਗਾਲਾਂ ਕੱਢੀਆਂ, ਫਿਰ ਇਹਨੂੰ ਮੈਂ ਜਾਗਦੇ ਬੰਦੇ ਨੇ ਆਖਣਾ ਮੁੱਕੀ ਮਾਰ ਕੇ ਫਰੰਟ ਸੀਸੇ ਦੇ ਤੇ ਫਰੰਟ ਸੀਸਾ ਤੋਂ ਤਿੜਕ ਤਿੜਕਦਾ। ਇਹ ਬੰਦੇ ਨੇ ਪਹਿਲਾਂ ਬੱਸ ਮਗਰ ਲਾ ਕੇ ਰੱਖੀ, ਅੱਗੇ ਮੇਰੀ ਗੱਡੀ ਸਵਾਰੀ ਪੈਣ ਲੱਗ ਗਈ, ਮੈਂ ਸਾਈਡ 'ਚ ਕਰ ਲਈ। ਇਹ ਬੰਦੇ ਨੇ ਬਾਰ ਬਾਰ ਮੈਨੂੰ ਗੱਡੀ ਇਹਨੂੰ ਮੈਂ ਰੋਕਦਾ ਰਿਹਾ, ਇਹਨੇ ਫਿਰ ਵੀ ਮੇਰੇ ਗੱਡੀ ਦੇ ਨਾਲ ਲਾ ਕੇ ਲੈ ਗਿਆ। ਪੁਲਿਸ ਵਾਲੇ ਦੇ ਸਾਹਮਣੇ ਇਹਨੇ ਮੇਰੇ ਡਾਂਗਾਂ ਮਾਰੀਆਂ ਨੇ, ਸਾਰੇ ਬੰਦੇ ਇੱਥੇ ਗਵਾਹ ਖੜੇ ਆ। ਪੁਲਿਸ ਵਾਲੇ ਨੇ ਕੋਈ ਐਕਸ਼ਨ ਨਹੀਂ ਲਿੱਤਾ, ਉਹ ਤਾਂ ਉਹਨਾਂ ਦੀ ਤਰਫਦਾਰੀ ਕਰਦੇ ਪਏ ਆ। ਇਹਦੇ ਅੰਦਰ ਪੁਲਿਸ ਵਾਲਾ ਮੁਲਾਜ਼ਮ ਬੈਠਾ, ਉਹਦੇ ਸਾਹਮਣੇ ਉਹਨੇ ਡੰਡਾ ਸੁੱਟ ਕੇ ਮਾਰਿਆ, ਗੱਡੀ 'ਚੋਂ ਉੱਤਰ ਕੇ ਆ ਕੇ ਮਾਰਿਆ ਉਹਨੇ। ਪੰਜਾਬ ਰੋਡ ਪੱਟੀ ਡਿਪੂ ਜੀ ਡਰਾਈਵਰ ਕਰਦਾ ਮੈਂ ਜੀ। ਜਾਮ ਲਾਇਆ ਸਰ? ਜਾਮ ਇਸ ਤਰ੍ਹਾਂ ਲਾਇਆ ਜੀ, ਮੈਂ ਲੁਧਿਆਣੇ ਆਪਦਾ 6:23 ਦਾ ਟਾਈਮ ਚੁੱਕ ਕੇ ਬਾਹਰ ਆ ਰਿਹਾ ਸੀ। ਆਟੋ ਵਾਲੇ ਨੂੰ ਮੈਂ ਪਹਿਲਾਂ ਆਖਿਆ ਵੀ ਵੀਰ ਜੀ ਗੱਡੀ ਕਰ ਲਓ ਪਾਸੇ, ਇਹਨਾਂ ਨਹੀਂ ਕੀਤੀ। ਮੁੜ ਕੇ ਗੱਡੀ ਮੜੀ ਨਾਲ ਲੱਗੀ ਵੀ ਨਹੀਂ ਆ, ਫਿਰ ਵੀ ਮੈਂ ਇਹਨੂੰ ਗਾਹ ਕਰ ਲਈ ਗੱਡੀ ਅਤੇ ਗੱਡੀ ਅੱਗੋਂ ਘੁਮਾ ਕੇ ਤੇ ਮੈਂ ਲਾਗੋ ਦੀ ਕੱਢ ਲਈ ਗੱਡੀ। ਇਹ ਬੰਦਾ ਆਇਆ ਗੱਡੀ ਦੇ ਵਿੱਚ, ਮਾਵਾਂ ਭੈਣਾਂ ਦੀਆਂ ਗਾਲਾਂ ਗੱਡੀਆਂ ਇੰਨੇ ਪੈ। ਮੈਂ ਫਿਰ ਇਹਨੂੰ ਕਿਹਾ ਮੈਂ ਵੀਰ ਚੱਲ ਜਾ, ਜਾਂ ਚੱਲ ਜਾ ਕੋਈ ਗੱਲ ਨਹੀਂ ਆ, ਤੈਨੂੰ ਮਹਿੰਗਾ ਪੈਣਾ ਹੀ। ਇਹ ਫਿਰ ਵੀ ਮਾਂ ਭੈਣ ਦੀ ਗਾਲ ਕੱਢ ਕੇ ਨਾ, ਮੇਰੀ ਬੱਸ ਸਾਰੀ ਗਵਾਹ ਵਾ, ਸਵਾਰੀਆਂ ਵਿੱਚ ਭੈਣਾਂ ਵੀ ਬੈਠੀਆਂ, ਮਾਵਾਂ ਵੀ ਬੈਠੀਆਂ। ਰਾਤ ਨੂੰ 11-11 ਵਜੇ ਤੱਕ ਅਸੀਂ ਸੇਵਾ ਕਰਕੇ ਫਿਰ ਘਰ ਨੂੰ ਜਾਂਦੇ ਹਾਂ ਆਪਦੇ ਮੋਟਰਸਾਈਕਲਾਂ 'ਤੇ, ਇਕੱਲੇ ਇਕੱਲੇ ਨੂੰ ਲਾ ਕੇ ਪੱਟੀ ਤੱਕ। ਇਹ ਬੰਦੇ ਨੇ ਗਾਲਾਂ ਕੱਢੀਆਂ, ਫਿਰ ਇਹਨੂੰ ਮੈਂ ਜਾਗਦੇ ਬੰਦੇ ਨੇ ਆਖਣਾ ਮੁੱਕੀ ਮਾਰ ਕੇ ਫਰੰਟ ਸੀਸੇ ਦੇ ਅਤੇ ਫਰੰਟ ਸੀਸਾ ਤੋਂ ਤਿੜਕ ਤਿੜਕਦਾ। ਮੁੜ ਕੇ ਫਿਰ ਇਹਨੂੰ ਜਾ ਕੇ ਰੋਡ ਦਾ ਜਾਮ ਕੀਤਾ, ਫਿਰ ਰੋਡ ਜਾਮ ਕੀਤਾ ਜੀ, ਕਿਉਂਕਿ ਸੁਣਵਾਈ ਇਹਨਾਂ ਦੇ ਆਟੋ ਵਾਲੇ ਬੰਦੇ ਜ਼ਿਆਦਾ ਸੀ। ਫਿਰ ਰੋਡ ਮੈਂ ਜਾਮ ਕਰਕੇ ਫਿਰ ਆਪਦੀ ਸੁਣਵਾਈ ਜਿਹੜੀ ਇੱਥੇ ਕੀਤੀ ਆ। ਉੱਦਾਂ ਇੱਥੇ ਕੋਈ ਸੁਣਵਾਈ ਨਹੀਂ ਹੈਗੀ ਜੀ। ਆਟੋ ਵਾਲੇ ਨਾਲ ਭਾਈ ਜਿਹੜਾ ਅਸੀਂ ਧੱਕਾ ਕੀਤਾ ਉਹ ਵਿਖਾ ਦੇ ਵਕੀਲ ਧੱਕਾ ਕੀਤਾ ਉਹਦੇ ਨਾਲ ਅਸੀਂ, ਬਾਕੀ ਮੇਰੀਆਂ ਸਵਾਰੀਆਂ 52 ਸਵਾਰੀਆਂ, ਮੇਰੀਆਂ ਸਵਾਰੀਆਂ ਦੀ ਗਵਾਹੀ ਲੈ ਸਕਦੇ ਜੇ ਤੁਸੀਂ ਇਕੱਲੀ ਇਕੱਲੀ ਵੀ ਮੈਂ ਕੀ ਉਹਨੂੰ ਆਖਿਆ ਵੀ ਹੱਥ ਜੋੜੇ ਕਿ ਨਹੀਂ ਜੋੜੇ। ਬਾਅਦ 'ਚ ਉਹਨੇ ਮਾਵਾਂ ਅਤੇ ਭੈਣਾਂ ਦੀਆਂ ਗਾਲਾਂ ਕੱਢ ਕੇ ਤਾਂ ਭੱਜਾ ਗੱਡੀ 'ਚੋਂ, ਭੱਜਾ ਗੱਡੀ 'ਚੋਂ ਜਦੋਂ ਮਗਰੋਂ ਫੜਿਆ ਮੁੜ ਕੇ ਆ ਕੇ ਫਿਰ ਮੁੱਕੀ ਮਾਰੀ ਇਹਨੇ। ਮੈਂ ਛੱਡਤਾ ਮੈਂ ਜਾ ਚੱਲ ਜਾ, ਇਹਨੇ ਫਿਰ ਆ ਕੇ ਦੁਬਾਰਾ ਬੰਦੇ ਨੇ ਮੁੱਕੀ ਮਾਰ ਕੇ ਸੀਸਾ ਮੇਨ ਜਿਹੜਾ ਉਹ ਤਿੜਕਦਾ ਤਿੜਕ ਗਿਆ। ਹੁਣ ਜਾਮ ਖੋਲ੍ਹਦਾ, ਹੁਣ ਜਾਮ ਖੋਲ੍ਹਦਾ। SHO ਸਾਹਿਬ ਆਏ ਸੀ, ਉਹਨਾਂ ਦੇ ਕਹਿਣ 'ਤੇ ਜਾਮ ਖੋਲ੍ਹਦਾ ਵਾ ਵੀ ਜੋ ਮੇਰੀ ਟਾਈਮ ਵੇਸਟ ਹੋਇਆ, ਜੋ ਮੇਰਾ ਇਹ ਹੋਇਆ ਵਾ ਨੁਕਸਾਨ ਹੋਇਆ, ਇਹਦੀ ਭਰਪਾਈ ਇਹ ਕਰੂਗਾ ਬੰਦਾ। ਇਹ ਬੰਦਾ ਨਹੀਂ ਕਰੂਗਾ ਵੀ ਇੱਥੇ ਪਰਚਾ ਬੰਦੀ ਕਾਰਵਾਈ, ਸਰਕਾਰ ਕਾਨੂੰਨੀ ਕਾਰਵਾਈ ਕੀਤੀ ਹੈ। ਕਾਨੂੰਨ ਨੂੰ ਤਾਂ ਸਿਕੰਜੇ 'ਚ ਟੰਗਿਆ ਇਹਨਾਂ ਨੇ, ਕਾਨੂੰਨ ਦੀ ਨਾਂ ਦੀ ਚੀਜ਼ ਹੀ ਨਹੀਂ ਹੈਗੀ ਕੋਈ ਲੁਧਿਆਣੇ ਦੇ ਵਿੱਚ। ਬਿਨਾਂ ਬਿਨਾਂ ਸਾਰੇ ਆਟੋ ਜਾ ਕੇ ਵੇਖ ਲਓ ਸਰ ਲੱਗੇ ਆ, ਕਿਸੇ ਦਾ ਕੋਈ ਨੰਬਰ ਨਹੀਂ ਹੈਗਾ, ਕਿਸੇ ਦਾ ਕੋਈ ਕੋਹ ਨਹੀਂ ਹੈਗਾ। ਅਤੇ ਸ਼ਰੇਆਮ ਇੱਥੇ ਵਿਚਾਰਾ ASI ਖਲੋਂਦਾ ਵਾ, ਉਹ ਵਿਚਾਰਾ 1 ਰੁਪਈਏ ਦਾ ਰਵਾਦਾਰ ਨਹੀਂ ਕਿਸੇ ਦਾ,
ਤੇ ਉਹਨੂੰ ਕਹਿੰਦਾ ਤੂੰ ਮੈਂ ਤੋਂ ਪੈਸੇ ਲੈਂਦਾ, ਪੁਲਿਸ ਮੈਂ ਤੋਂ ਪੈਸੇ ਲੈਂਦੀ ਆ। ਉਹ ਬੰਦਾ 1 ਰੁਪਈਏ ਦਾ ਰਵਾਦਾਰ ਨਹੀਂ, ਰੋਜ਼ ਮਿਲਦੇ ਉਹ ਬੰਦੇ ਨੂੰ, ਰੋਜ਼ ਉਹ ਬੰਦੇ ਨੂੰ ਇੱਥੇ ਲੰਘਦਾ, ਮੈਂ ਰੋਜ਼ ਆ ਟਾਈਮ 'ਚ ਆਉਣਾ, ਰੋਜ਼ ਇਹ ਬੰਦੇ ਨੂੰ ਮੈਂ ਮਿਲਣਾ। ਉਹ ਬੰਦਾ 1 ਰੁਪਈਏ ਦਾ ਕਿਸੇ ਦਾ ਰਵਾਦਾਰ ਨਹੀਂ ਆ, ਸਾਰੇ ਬੰਦੇ ਗਵਾਹੀ ਦੇਣਗੇ, ਪਰ ਉਹ ਬੰਦੇ ਨੂੰ ਕਹਿੰਦਾ ਤੂੰ ਮੈਂ ਤੋਂ ਪੈਸੇ ਲੈਣਾ। ਓਕੇ, ਹਾਂਜੀ। ਇਹ ਬੰਦੇ ਨੇ ਪਹਿਲਾਂ ਬੱਸ ਮਗਰ ਲਾ ਕੇ ਰੱਖੀ, ਅੱਗੇ ਮੇਰੀ ਗੱਡੀ ਸਵਾਰੀ ਪੈਣ ਲੱਗ ਗਈ, ਮੈਂ ਸਾਈਡ 'ਚ ਕਰ ਲਈ। ਇਹ ਬੰਦੇ ਨੇ ਬਾਰ ਬਾਰ ਮੈਨੂੰ ਗੱਡੀ ਇਹਨੂੰ ਮੈਂ ਰੋਕਦਾ ਰਿਹਾ, ਇਹਨੇ ਫਿਰ ਵੀ ਮੇਰੇ ਗੱਡੀ ਦੇ ਨਾਲ ਲਾ ਕੇ ਲੈ ਗਿਆ। ਪੁਲਿਸ ਵਾਲੇ ਦੇ ਸਾਹਮਣੇ ਇਹਨੇ ਮੇਰੇ ਡਾਂਗਾ ਮਾਰੀਆਂ ਨੇ, ਸਾਰੇ ਬੰਦੇ ਇੱਥੇ ਗਵਾਹ ਖੜੇ ਆ। ਪੁਲਿਸ ਵਾਲੇ ਨੇ ਕੋਈ ਐਕਸ਼ਨ ਨਹੀਂ ਲਿੱਤਾ, ਉਹ ਤਾਂ ਉਹਨਾਂ ਦੀ ਤਰਫਦਾਰੀ ਕਰਦੇ ਪਏ ਆ। ਜੇ ਮੈਂ ਪੜ੍ਹਿਆ ਲਿਖਿਆ ਬੰਦਾ, ਜੇ ਮੈਂ ਆਟੋ ਚਲਾਉਣਾ ਪਿਆ ਵਾਂ, ਇਹਨਾਂ ਨੂੰ ਤਕਲੀਫ ਹੋ ਰਹੀ ਹੈ, ਜਿਹੜੇ ਚਿੱਟਾ ਲਾਉਂਦੇ ਆ, ਚੋਰੀਆਂ ਕਰਦੇ ਆ, ਮੋਬਾਈਲ ਖੋ ਕਰਦੇ ਆ, ਉਹਨਾਂ ਨੂੰ ਇਹ ਕੁਛ ਨਹੀਂ ਕਹਿੰਦੇ, ਉਹਨਾਂ ਕੋਲੋਂ ਪੈਸੇ ਲੈਂਦੇ ਆ। ਕਿੰਨਾਂ ਨੇ ਮਾਰਿਆ ਤੁਹਾਨੂੰ? ਬੱਸ ਵਾਲੇ ਨੇ ਮਾਰਿਆ ਜੀ ਮੈਨੂੰ। ਕਾਰਨ ਕੀ ਸੀ? ਕਾਰਨ ਇਹ ਸੀਗਾ ਜੀ, ਮੈਂ ਉਹਨੂੰ ਕਿਹਾ ਕਿ ਤੂੰ ਗੱਡੀ ਕਿਉਂ ਨਹੀਂ ਰੋਕੀ, ਉਹਨੇ ਗੱਡੀ ਦੇ ਅੰਦਰ ਪੁਲਿਸ ਵਾਲਾ ਮੁਲਾਜ਼ਮ ਬੈਠਾ, ਉਹਦੇ ਸਾਹਮਣੇ ਉਹਨੇ ਡੰਡਾ ਸੁੱਟ ਕੇ ਮਾਰਿਆ, ਗੱਡੀ 'ਚੋਂ ਉੱਤਰ ਕੇ ਆ ਕੇ ਮਾਰਿਆ ਉਹਨੇ। ਮੈਟਰ ਭਾਈ ਇਹ ਆਟੋ ਬਿਲਕੁਲ ਸਹੀ ਖੜੇ ਸੀ, ਕੋਈ ਗੱਲਬਾਤ ਨਹੀਂ ਹੋਈ, ਇਹ ਬੰਦੇ ਗੁੰਡਾਗਰਦੀ ਕੀਤੀ ਆਟੋ ਵਾਲੇ ਨੇ। ਕੋਈ ਮਨਜ਼ੂਰ ਨੀ ਹੈਗਾ ਜੀ, ਚੱਲਦੇ ਚੱਲਦੇ ਜਿਹੜਾ ਮੁੰਡਾ ਚੱਕਦਾ ਜਾ ਵੀ ਸਵਾਰੀ ਚੱਕ ਕੇ ਨਾਲ ਨਾਲ ਤੁਰੀ ਜਾਂਦਾ ਜੀ, ਕੋਈ ਸਟੈਂਡ ਮਨਜ਼ੂਰ ਨਹੀਂ ਜੀ। ਹੁਣ ਜਾਮ ਕਿਹਦੇ ਵੱਲੋਂ ਲਾਇਆ ਗਿਆ ਸੀ? ਇਹ ਕੋਈ ਨਹੀਂ, ਇਹ ਬੱਸ ਵਾਲੇ ਦੇ ਨਾਲ ਆਪਸ ਵਿੱਚ ਤੂੰ ਤੂੰ ਹੋਈ ਆ, ਦੋਵਾਂ ਦੇ ਵਿੱਚ ਰੰਜਸ ਨਾਲ ਇੱਕ ਦੂਜੇ, ਇਸ ਕਰਕੇ ਜਾਮ ਲਾਇਆ ਜੀ ਇਹਨੇ। ਠੀਕ ਹੈ, ਹੁਣ ਉਹਨੇ ਬੱਸ ਨਾਲ ਲੜਿਆ ਜੀ, ਬੱਸ ਇਹਦੇ ਵਿੱਚ ਲੱਗੀ ਆ ਜੀ, ਇਹ ਦੋਵਾਂ ਨੇ ਆਪਸ ਵਿੱਚ ਲੜ ਕੇ ਜਾਮ ਲੱਗਿਆ, ਜੰਗ ਲਾਤਾ ਜੀ। ਹਾਂਜੀ ਸਰ, ਹੁਣ ਖੁੱਲ ਗਿਆ, ਉਹਨੇ ਰੋਪ ਲਾਇਆ ਜੀ ਪੈਸਿਆਂ ਦਾ ਵੀ, ਬਿਲਕੁਲ ਲੋਕ ਤੁਹਾਡੇ ਹੱਕ ਜੇ ਨੇ ਵੀ ਏਦਾਂ ਦਾ ਮਾਨਦਾਰ ਅਫਸਰ ਹੈ, ਪਰ ਉਹ ਆਟੋ ਵਾਲੇ ਵੱਲੋਂ ਰੋਪ ਲਾਏ ਗਏ ਆ। ਉਹ ਸਰ ਸਰਿਆਮ ਇਹੀ ਕੰਮ ਕਰਦਾ ਜੀ, ਉਹ ਜਾਣ ਕੇ ਰੋਪ ਲਾਉਂਦਾ ਆਪਣੇ ਤੇ, ਇਹ ਰੋਪ ਲਾਉਂਦਾ ਵੀ ਉਹ ਇੱਥੇ ਮੈਨੂੰ ਖੜਨ ਦੇਣ ਵਿਚਾਲੇ, ਵੀ ਇਹਨੂੰ ਮੈਨੂੰ ਹਟਾਉਣ ਨਾ ਪਰੇ, ਵੀ ਪਰੇ ਨਾ ਕਹਿਣ ਵੀ ਪਰੇ ਹੋ ਜਾਵਾਂ, ਰਸਤੇ 'ਚ ਖੜ ਕੇ ਜਿੱਥੇ ਮਰਜ਼ੀ ਮੈਨੂੰ ਕਾਰਵਾਈ ਕੀਤੀ ਜਾਊਗੀ। ਹਾਂਜੀ ਸਰ, ਇਹਨਾਂ ਬੱਸਾਂ ਵਾਲਿਆਂ ਦਾ, ਸਰਕਾਰੀ ਬੱਸਾਂ ਵਾਲਿਆਂ ਦਾ ਆਟੋ ਦਾ ਆਪਸ 'ਚ ਲੈ ਕੇ ਕੋਈ ਟਕਰਾਅ ਹੋਇਆ ਸੀ, ਕੋਈ ਮਾੜੀ ਮੋਟੀ ਬੱਸ ਵੱਜ ਗਈ ਹੋਣੀ ਆ, ਉਸ ਚੱਕਰ 'ਚ ਨੇ ਰੋਡ ਜਾਮ ਕਰਨ ਦੀ ਕੋਸ਼ਿਸ਼ ਕੀਤੀ ਸਰ? ਇਹਦੇ ਵਿੱਚ ਕਰ ਸਰ ਕੀ ਹੋਇਆ ਸੀਗਾ? ਆਟੋ ਵਾਲੇ ਕਹਿੰਦੇ ਵੀ ਆਟੋ ਵਾਲੇ ਕੁਛ ਧੱਕਾ ਕੀਤਾ ਗਿਆ। ਹਾਂਜੀ ਬ੍ਰਦਰ, ਤੁਹਾਡੇ ਸਾਹਮਣੇ ਆਏ ਆ, ਹਜੇ ਤਾਂ ਮੈਂ ਜਾਮ ਖੁਲਵਾਇਆ ਆ, ਹੁਣ ਬੁਲਾ ਕੇ ਇਹਨਾਂ ਨੂੰ ਪੁੱਛਦੇ ਹਾਂ ਕੀ ਗੱਲਬਾਤ ਹੈਗੀ ਆ। ਸਰ ਕਿੰਨਾ ਲੰਬਾ ਜਾਮ ਲੱਗ ਗਿਆ ਸੀ ਸਰ? ਹੁਣੇ ਹਾਰਲੀ ਅੱਧਾ ਕਿਲੋਮੀਟਰ ਦਾ ਜਾਮ ਲੱਗਿਆ ਸੀ, ਬਟ ਉਹੀ ਆ ਮੌਕੇ 'ਤੇ ਆ ਕੇ ਖੁਲਵਾਤਾ। ਕਿਸ ਤਰ੍ਹਾਂ ਦੀ ਕਾਰਵਾਈ ਤੁਹਾਡੇ ਵੱਲੋਂ ਸਰ? ਬ੍ਰਦਰ ਨੂੰ ਦੇਖਦੇ ਹਾਂ, ਔਨ ਮੈਰਿਟ ਜੋ ਹੈਗਾ ਉਹਦੇ ਬਿਆਨ ਸੁਣਦੇ ਹਾਂ ਵੀ ਕਿਹਦੀ ਕੀ ਗਲਤੀ ਹੈਗੀ, ਉਸ ਹਿਸਾਬ ਨਾਲ ਕਾਰਵਾਈ ਕੀਤੀ ਜਾਏਗੀ। ਕਿਹੜੀ ਜਗ੍ਹਾ ਲਾਇਆ ਸਰ ਜਾਮ ਇਹਨਾਂ ਨੇ? ਆਹੀ ਆਪਣਾ ਬੱਸ ਸਟੈਂਡ ਦੇ ਆਪੋਜ਼ਿਟ।